ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਕਾਫਲੇ ਨਾਲ ਇੱਕ ਟਰੱਕ ਦੀ ਟੱਕਰ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਸਪੀਕਰ ਨਾਲ ਤੈਨਾਤ ਸੁਰੱਖਿਆ ਗਾਰਡਾਂ ਅਤੇ ਟਰੱਕ ਡਰਾਈਵਰ ਵਿਚਾਲੇ ਬਹਿਸ ਹੋ ਗਈ ਤੇ ਗੱਲ ਹੱਥੋਂ ਪਾਈ ਤੇ ਪਹੁੰਚ ਗਈ। ਇਹ ਘਟਨਾ ਵੀਰਵਾਰ ਸ਼ਾਮ ਨੂੰ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਮਾਨਾਵਾਲਾ ਨੇੜੇ ਵਾਪਰੀ ਹੈ। ਇੱਥੇ ਸੜਕ ਬਣਾਉਣ ਕਾਰਨ ਨੈਸ਼ਨਲ ਹਾਈਵੇ ਦੀ ਇੱਕ ਲੇਨ ਵਿੱਚ ਲੰਮਾ ਜਾਮ ਲੱਗ ਗਿਆ ਸੀ। ਉਸੇ ਸਮੇਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕਾਫਲਾ ਵੀ ਉੱਥੇ ਪਹੁੰਚ ਗਿਆ। ਸਪੀਕਰ ਦੇ ਕਾਫਲੇ ਵਿੱਚ ਚੱਲ ਰਹੀ ਪਾਇਲਟ ਗੱਡੀ ਹੂਟਰ ਵਜਾਉਂਦੀ ਰਹੀ ਪਰ ਰਸਤਾ ਨਹੀਂ ਮਿਲਿਆ। ਇਸ ਤੋਂ ਬਾਅਦ ਸਪੀਕਰ ਦਾ ਸੁਰੱਖਿਆ ਗਾਰਡ ਹੇਠਾਂ ਉਤਰ ਗਿਆ ਤੇ ਕਾਫਲੇ ਦੇ ਸਾਹਮਣੇ ਖੜੇ ਟਰੱਕ ਡਰਾਈਵਰ ਨਾਲ ਉਸਦਾ ਝਗੜਾ ਹੋ ਗਿਆ। ਟਰੱਕ ਡਰਾਈਵਰ ਨਾਲ ਬਹਿਸ ਤੋਂ ਬਾਅਦ ਸੁਰੱਖਿਆ ਗਾਰਡਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸੇ ਦੌਰਾਨ ਆਸ-ਪਾਸ ਖੜੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਨੇ ਆਪਣੇ ਮਾਲਕ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਮਾਨਾਵਾਲਾ ਪਹੁੰਚ ਕੇ ਪੂਰੀ ਸੜਕ ਜਾਮ ਕਰ ਦਿੱਤੀ। ਹਾਈਵੇ ਤੇ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਟਰੱਕ ਡਰਾਈਵਰ ਨੇ ਕਿਹਾ ਕਿ ਅੱਗੇ ਥਾਂ ਦੀ ਘਾਟ ਸੀ ਅਤੇ ਜਾਮ ਕਾਰਨ ਉਹ ਸਪੀਕਰ ਦੇ ਕਾਫਲੇ ਨੂੰ ਰਸਤਾ ਨਹੀਂ ਦੇ ਸਕਿਆ। ਇਸ ਦੇ ਬਾਵਜੂਦ ਸਪੀਕਰ ਦੇ ਗਨਮੈਨਾਂ ਨੇ ਉਸ ਨਾਲ ਹੱਥੋਪਾਈ ਕੀਤੀ। ਦੂਜੇ ਪਾਸੇ ਜਦੋਂ ਇਹ ਸਾਰਾ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਪੁਲਿਸ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਨ ਦੇ ਹੁਕਮ ਦਿੱਤੇ। ਸਪੀਕਰ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਵਿਵਹਾਰ ਲਈ ਮੁਆਫੀ ਵੀ ਮੰਗੀ ਹੈ। ਉਹਨਾਂ ਕਿਹਾ ਕਿ ਹਰ ਵਾਹਨ ਚਾਲਕ ਨੂੰ ਸੜਕ ਤੇ ਸਹੀ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਗੱਡੀ ਵੱਜ ਗਈ ਸੰਧ ਦੇ ਕੀ ਹੋਇਆ ਕੀ ਗੱਡੀ ਨਾਲ ਲੱਗ ਗਈ ਆ ਬੜੀ ਮਾੜੀ ਗੱਲ ਹੈ ਯਾਰ ਦੇਖ ਲਿਆ ਕੁਲਤਾਰ ਸਿੰਘ ਸੰਧਵਾ ਵਾ ਬਣਨ ਦੀ ਆ ਪੌਨੇ ਆ ਕੋਈ ਗੱਲ ਨੀ ਆਪਾਂ ਵੀ ਆਪਣੇ ਜਲੂਸ ਨੇ ਨਾ ਜਾਣਾ ਇਹਨਾਂ ਦਾ ਨਵੀਆਂ ਤੇ ਤਾਜ਼ਾ ਅਪਡੇਟਸ ਜਾਣਨ ਲਈ ਜੁੜੇ ਰਹੋ ਰੰਗਲਾ ਟੀਵੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਨਾਮ ਸਿੰਘ ਜੌਲ ਸੂਬਾ ਪ੍ਰਧਾਨ ਪੰਜਾਬ ਟਰੱਕ ਏਕਤਾ। ਵੀਰੋ ਆਪਾਂ ਨੂੰ ਅੱਗੇ ਵੀ ਪਤਾ ਹੀ ਆ ਕਿ ਸਰਕਾਰ ਕੋਈ ਵੀ ਆਵੇ ਸਿਰਫ ਵੋਟਾਂ ਤੀਕ ਪਬਲਿਕ ਦੀ ਹਮਾਇਤੀ ਦੱਸਦੀ ਆ, ਵੋਟਾਂ ਤੋਂ ਬਾਅਦ ਇਹਨਾਂ ਦਾ ਗੁੰਡਾ ਰਾਜ ਸ਼ੁਰੂ ਹੋ ਜਾਂਦਾ। ਹੁਣ ਇਹ ਥੋੜਾ ਚਿਰ ਪਹਿਲਾਂ ਦੀ ਗੱਲ ਆ, ਕੁਲਤਾਰ ਸਿੰਘ ਸੰਧਵਾ ਸਪੀਕਰ ਆ ਜੋ ਆਪ ਪਾਰਟੀ ਦਾ ਉਹ ਅੰਮ੍ਰਿਤਸਰ ਵਿਚ ਆ ਰਿਹਾ ਸੀ ਤੇ ਗਾੜੀ ਕੋਈ ਪਿਆਜ਼ਾਂ ਦੀ ਲੱਦੀ ਗੱਡੀ ਜਾ ਰਹੀ ਸੀ, ਉਥੇ ਪੁਲ ਵੀ ਬਣ ਰਿਹਾ, ਬਹੁਤ ਟ੍ਰੈਫਿਕ ਆ, ਪਰ ਇਹਦੇ ਗੁੰਡਿਆਂ ਨੇ ਜਿਹੜੇ ਇਹਨਾਂ ਨੇ ਆਂਦੇ ਸੀ ਅਸੀਂ ਗਨਮੈਨਾਂ ਤੋਂ ਬਿਨਾਂ ਰਹਿੰਦੇ ਹਾਂ, ਅਸੀਂ ਗਨਮੈਨ ਨਹੀਂ ਰੱਖਾਂਗੇ, ਫਲਾਨੀ ਪਾਰਟੀ ਨੇ ਗਨਮੈਨ ਰੱਖੇ, ਫਲਾਨੀ ਨੇ ਗਨਮੈਨ ਰੱਖਿਆ। ਹੁਣ ਇਹ ਵੀਡੀਓ ਵਾਇਰਲ ਹੋਈ ਆ ਜਿਹੜੇ ਸਪੀਕਰ ਸਾਹਿਬ ਦੇ ਗਨਮੈਨ ਆ ਉਹ ਜ਼ਬਰਦਸਤੀ ਟਰੱਕ ਦੇ ਵਿਚੋਂ ਡਰਾਈਵਰ ਨੂੰ ਕੱਢ ਕੇ ਉਹਨੂੰ ਕੁੱਟ ਰਹੇ ਆ। ਵੀਰੋ ਮੇਰੇ ਸਾਰੇ ਟਰੱਕ ਡਰਾਈਵਰਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਕਿਤੇ ਕੋਈ ਇਹੋ ਜਿਹਾ ਧੱਕਾ ਹੁੰਦਾ ਹੈ ਉੱਥੇ ਗੱਡੀਆਂ ਆਪਣੀਆਂ ਬੰਦ ਕਰਕੇ ਜਾਮ ਲਾ ਕੇ ਇਹ ਦੱਸ ਦਿਓ ਕਿ ਅੱਗੇ ਵਾਲਾ ਸਮਾਂ ਨਹੀਂ, ਅੱਗੇ ਅਸੀਂ ਕੁੱਟਾਂ ਬਹੁਤ ਖਾ ਗਈਆਂ, ਹੁਣ ਅਸੀਂ ਇਕੱਠੇ ਹੋ ਚੁੱਕੇ ਹਾਂ। ਆਪਣੀ ਮੈਂ ਪਾਰਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਮਾਨਾ ਵਾਲਾ ਅੰਮ੍ਰਿਤਸਰ ਦੇ 5-7 ਕਿਲੋਮੀਟਰ ਪਹਿਲਾਂ ਜੋ ਜਲੰਧਰ ਤੋਂ ਸੜਕ ਅੰਮ੍ਰਿਤਸਰ ਨੂੰ ਜਾਂਦੀ ਆ ਉਹਦੇ ਉੱਤੇ ਇੱਕ ਬੈਸਟ ਪ੍ਰਾਈਜ਼ ਆ ਉਹਦੇ ਲਾਗੇ ਧਰਨਾ ਲੱਗਾ ਹੈ ਤੇ ਛੇਤੀ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰੋ। ਤੇ ਮੈਂ ਭਗਵੰਤ ਮਾਨ ਨੂੰ ਵੀ ਇਹ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ ਤੇ ਅਸੀਂ ਕੋਈ ਗਾਰਦ ਨਹੀਂ ਰੱਖਦੇ, ਕੋਈ ਬੰਦਿਆਂ ਦੀ ਨਹੀਂ ਲੋੜ। ਅੱਜ ਵੀਡੀਓ ਵੇਖੋ ਉਹਦੇ ਵਿੱਚ ਤੁਹਾਡੀ ਗਾਰਦ ਸਰੇਆਮ ਕਿਸ ਤਰ੍ਹਾਂ ਡਰਾਈਵਰ ਨੂੰ ਗੱਡੀ ਚੋਂ ਲਾ ਕੇ ਤੇ ਕੁੱਟ ਰਹੀ ਆ। ਇਸ ਕਰਕੇ ਇਹ ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਇਹ ਨਾ ਹੋਵੇ ਕਿ ਸਾਨੂੰ ਪੰਜਾਬ ਜਾਂ ਹਿੰਦੁਸਤਾਨ ਬੰਦ ਕਰਨਾ ਪਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।